ਸੈਕਿੰਡ ਵੀਕ ਚੱਲ ਰਿਹਾ ਆਪਣੇ ਮੂਵੀ ਦਾ ਅਤੇ ਹਜੇ ਵੀ ਅੱਛਾ ਕਾਫੀ ਰਿਸਪੋਂਸ ਵਧੀਆ ਆ ਰਿਹਾ ਹੈ। ਹਾਊਸਫੁੱਲ ਚੱਲ ਰਹੇ ਨੇ ਅੱਜ ਵੀ ਆਪਣੀ ਸਟਾਰਟਿੰਗ 'ਚ ਇੱਕ ਵਾਰ ਹੁੰਦਾ ਹੀ ਹੈ ਠੀਕ ਹੈ, ਲੇਕਿਨ ਆਪਣੇ ਕੀ ਹੈ ਪੁਲਿਸ ਪ੍ਰੋਟੈਕਸ਼ਨ ਕਾਫੀ ਸੀ ਵਧੀਆ ਸੀਗਾ, ਆਪਣੇ ਪੁਲਿਸ ਨੇ ਕਾਫੀ ਸਹਿਯੋਗ ਕੀਤਾ ਹੈਗਾ, ਤਾਂ ਇਸ ਕਰਕੇ ਇੱਦਾਂ ਕੋਈ ਇਸ਼ੂ ਹੋਏ ਨਹੀਂ ਇੱਥੇ ਆਪਣੇ। हम इसकी ऐतिहासिक पृष्ठभूमि के बारे में तो जानते हैं, लेकिन फिल्म निर्माता ने और जो कलाकार हैं उन्होंने इस ऐतिहासिक जो पृष्ठभूमि है, इसकी बैकग्राउंड है, उसको किस नज़रिए से दर्शाया है, उसको जीवंत देखना चाहते हैं। कथा और कहानियों के माध्यम से तो हमने पद्मावती के बारे में और उसके जौहर के बारे में बहुत सारी कथाएँ जो हैं वो सुनी हैं, कहानियाँ सुनी हैं, उस टी वी सीरियल पर भी बहुत कुछ सुना और देखा है, लेकिन फिल्म के रूप में पहली बार ये देखने का जो अवसर आई है अपने आप में एक जीवंत है। लंबे समय से इस फिल्म लेकर जो विरोधाभास सामने आ रहे थे उससे भी फिल्म देखने की जो उत्सुकता है वो बड़ी है। देशभर के अंदर कहीं तो इसको रिलीज किया गया और कहीं सरकारों ने भी जातिगत विरोध के आधार पर घुटने टेके हैं और न्यायालय की प्रक्रिया अलग से है, तो इन सारी परिस्थितियों के बीच ऐसा लगा कि ये फिल्म जरूर देखनी चाहिए। ਆਪਣਾ ਸਰ ਇਹ ਮਿਰਾਜ ਸਿਨੇਮਾ ਹੈ ਠੀਕ ਹੈ ਸਰ, ਇਹ ਅਬੋਹਰ ਦੇ ਵਿੱਚ ਪੈਂਦਾ ਆਪਣਾ ਇਹ ਠੀਕ ਹੈ, ਅਤੇ ਆਪਣੇ ਪਦਮਾਵਤੀ ਮੂਵੀ ਚੱਲ ਰਹੀ ਹੈਗੀ ਹੈ, ਤੋ ਕਾਫੀ ਅੱਛਾ ਰਿਸਪੋਂਸ ਆ ਰਿਹਾ, ਸੈਕਿੰਡ ਵੀਕ ਮੂਵੀ ਚੱਲ ਰਿਹਾ ਹੈਗਾ ਠੀਕ ਹੈ, ਇੱਦਾਂ ਦੀ ਕੋਈ ਮੂਵੀ ਖਾਸ ਨਹੀਂ ਹੈ, ਵਧੀਆ ਮੂਵੀ ਹੈਗੀ ਹੈ, ਮੈਨੂੰ ਬਕਾਇਦਾ ਫੈਮਿਲੀ ਮੂਵੀ ਹੈ, ਹਰ ਕੋਈ ਮੂਵੀ ਦੇ ਸਕਦਾ ਹੈ ਇਹ 'ਚ, ਨਾਲੇ ਕੋਈ ਇੱਦਾਂ ਕੁਛ ਗਲਤ ਵੀ ਦਿਖਾਇਆ ਨਹੀਂ ਗਿਆ। ਅੱਛਾ, ਜਿਵੇਂ ਆਪਣ ਨੀਅਰ ਗੰਗਾਨਗਰ ਹੋ ਗਿਆ, ਹਨੂੰਮਾਨਗੜ ਹੋ ਗਿਆ, ਸੰਗਰੀ ਹੋ ਗਿਆ, ਜੋ ਆਪਣੇ ਨੇੜੇ ਪੈ ਰਹੇ ਨੇ ਠੀਕ ਹੈ, ਉਸ ਤੋਂ ਆਪਣੇ ਹੈਗੀ ਹੈ ਪਬਲਿਕ ਲੋਕ ਮੂਵੀ ਦੇਖਣ ਆ ਰਹੀ ਹੈ, ਅਤੇ ਉਹ 'ਚ ਕਰਨ ਆ ਰਹੇ ਹੈਗੇ। ਪਦਮਾਵਤੀ ਦੇਖ ਕੇ ਆਇਆ ਮੈਂ, ਬਾਕੀ ਬਹੁਤ ਕੰਟਰੋਵਰਸੀਜ਼ ਰਹੀ ਹੈ ਰਾਜਪੂਤ ਅਤੇ ਕਰਨੀ ਸੈਨਾ ਦੀ, ਬਟ ਅਲਸੇ ਇੱਦਾਂ ਦਾ ਕੁਛ ਨਹੀਂ ਹੈ, ਰਾਜਪੂਤ ਨੂੰ ਕੋਈ ਨੀਵਾਂ ਨਹੀਂ ਦਿਖਾਇਆ, ਇਟਸ ਆਲ ਅਬਾਊਟ ਦੇਅਰ ਡਿਗਨਿਟੀ ਐਂਡ ਐਵਰੀਥਿੰਗ, ਬਟ ਆਈ ਵਿਲ ਐਪਰੀਸ਼ੀਏਟ ਦੇਅਰ ਐਫਰਟ, ਬਟ ਬਹੁਤ ਵਧੀਆ ਮੂਵੀ ਹੈ, ਐਵਰੀਬਡੀ ਸ਼ੁੱਡ ਵਾਚ ਦਿਸ ਮੂਵੀ, ਥੈਂਕ ਯੂ। फिल्म बहुत अच्छी थी पद्मावती, बहुत अच्छी लगी, ऐसा कुछ नहीं है कि कह रहे हैं कि अच्छी नहीं थी फिल्म वगैरह, बहुत अच्छी फिल्म है ये,